ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਬਟਨ ਤੇ ਵੀ ਕਲਿੱਕ ਕਰਨਾ ਨਾ ਭੁੱਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਦੀਪ ਸਿੰਘ ਖਾਲਸਾ ਸੰਗਤਾਂ ਦੇ ਚਰਨਾਂ 'ਚ ਹਾਜ਼ਰ ਹੋਇਆ। ਸਾਧ ਸੰਗਤ ਜੀ, ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਸ ਦੇ ਵਿੱਚ ਬੇਗੈਰਤ ਲੜਕੀਆਂ, ਬੱਚੀਆਂ, ਮੂਰਖ ਅਣਜਾਣ ਬੱਚੀਆਂ ਜਿਹੜੀਆਂ ਆ ਕੇ ਵੀਡੀਓ ਬਣਾ ਕੇ ਅਤੇ ਗਾਣੇ ਲਾ ਕੇ ਅਤੇ ਟਿੱਕਟੋਕਾਂ 'ਤੇ ਵੀਡੀਓ ਬਣਾ ਬਣਾ ਪਾਉਂਦੀਆਂ ਬੇਸ਼ਰਮ ਲੜਕੀਆਂ, ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਕਦੀ ਤੁਸੀਂ ਹੱਥਾਂ ਵਿੱਚ ਹੱਥ ਪਾ ਕੇ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਫਿਰਦੇ ਹੋ, ਕਦੀ ਤੁਸੀਂ ਕਿਸੇ ਪ੍ਰਕਾਰ ਦੇ ਨਾਲ ਕਦੀ ਐਕਸ਼ਨ ਕਰ ਕਰਕੇ ਫੋਟੋਆਂ ਲਵਾਉਂਦੇ ਹੋ, ਅਤੇ ਕਦੀ ਤੁਸੀਂ ਪੌੜੀਆਂ ਦੇ ਵਿੱਚ ਬਹਿ ਕੇ ਅਤੇ ਜਲ ਜਿਹੜਾ ਹੁੰਦਾ ਆ ਉਹਨੂੰ ਇਹ ਗਾਂਹ ਪਛਾਹ ਪੈਰਾਂ ਦੇ ਨਾਲ ਕਰਦੇ ਹੋ, ਮੈਨੂੰ ਇਹ ਇੰਨੀ ਗੱਲ ਦੱਸੋ ਵੀ ਦਰਬਾਰ ਸਾਹਿਬ ਗੁਰੂ ਦਾ ਘਰ ਮੰਨਦੇ ਆ ਕਿ ਜਾਂ ਕੰਟੀਨ ਅਤੇ ਜਾਂ ਫਿਰ ਉਹਨੂੰ ਪਾਰਕ ਮੰਨਦੇ ਆ? ਕੋਈ ਥੋੜ੍ਹੀ ਬੜੀ ਸ਼ਰਮ ਕਰੋ, ਗੁਰੂ ਦੇ ਘਰ ਗਏ ਹਾਂ ਕਿ ਨਕਮਸਤਕ ਹੋਏ, ਆਪਣਾ ਭਲਾ ਕਰਵਾਉਣ ਵਾਸਤੇ ਗਏ ਹਾਂ ਅਤੇ ਆਪਣਾ ਬੁਰਾ ਕਰਵਾਉਣ ਵਾਸਤੇ ਜਾਣਾ? ਮੈਨੂੰ ਇਹ ਦੱਸੋ ਪਹਿਲਾਂ। ਹੁਣ ਦਰਬਾਰ ਸਾਹਿਬ ਦੇ ਜਿਹੜੇ ਸੇਵਕ ਆ ਉਹ ਤਾਂ ਆਪਣਾ ਚਲੋ ਡਿਊਟੀ ਕਰੀ ਜਾਂਦੇ ਆ, ਹੁਣ ਉਹਨਾਂ ਨੇ ਹੁਣ ਸਾਰੇ ਮੁਲਕ ਦਾ ਥੋੜ੍ਹੀ ਧਿਆਨ ਰੱਖ ਲੈਣਾ ਇੱਕ ਜਣੇ ਨੇ, ਹੁਣ ਉਹ ਜਿੰਨਾ ਕੁ ਹੁੰਦਾ ਨਾ ਕੁ ਉਨਾ ਉਹ ਆਪਣਾ ਪਹਿਰਾ ਕਰੀ ਜਾਂਦੇ ਆ। ਦੂਜੀ ਗੱਲ ਇਹ ਆ ਕਿ ਤੁਸੀਂ ਇਹੋ ਜਿਹੇ ਗੰਦੀਆਂ ਹਰਕਤਾਂ ਕਰ ਕਰਕੇ ਪ੍ਰਮੋਟ ਹੁੰਦੇ ਆ ਵੀ ਸਾਨੂੰ ਦੁਨੀਆ ਵੇਖੇ, ਸਾਨੂੰ ਦੁਨੀਆ ਜਾਣੇ। ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਕਿੱਡੇ ਕੁ ਤਕੜੇ ਥਿਰ ਰਹਿਣ ਵਾਲੀ ਚੀਜ਼ ਆ? ਤੁਸੀਂ ਇੱਕ ਦਿਨ ਆਪਾਂ ਸਾਰਿਆਂ ਨੇ ਮਰ ਜਾਣਾ, ਬੰਦਾ ਇੱਕ ਮਿੱਟੀ ਆ ਅਤੇ ਬੰਦੇ ਨੇ ਕਦੀ ਥਿਰ ਨਹੀਂ ਰਹਿਣਾ, ਗੁਰੂ ਨੇ ਥਿਰ ਰਹਿਣਾ ਜਿਹੜਾ ਆਪਾਂ ਗੁਰੂ ਦੇ ਦੁਆਰੇ 'ਤੇ ਜਾ ਕੇ ਮਾੜੀਆਂ ਚੰਗੀਆਂ ਹਰਕਤਾਂ ਕਰਦੇ ਹਾਂ। ਅਤੇ ਤੀਸਰੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮਾਂ ਬਾਪ ਜਿਹੜਾ ਆਪਣੇ ਬੱਚਿਆਂ ਨੂੰ ਥੋੜ੍ਹੀ ਬੜੀ ਅਕਲ ਅਤੇ ਬੁੱਧੀ ਬਖਸ਼ੋ ਕਿ ਗੁਰੂ ਘਰ ਵਿੱਚ ਜਾ ਕੇ ਅਤੇ ਇੱਦਾਂ ਦੀਆਂ ਟਿੱਕਟੋਕ ਅਤੇ ਵੀਡੀਓ ਪਾਉਣੀਆਂ ਅਤੇ ਗੁਰੂ ਘਰ ਦੀ ਮਰਿਆਦਾ ਭੰਗ ਕਰਨੀ, ਗੁਰੂ ਘਰ ਦਾ ਨਾਮ ਬਦਨਾਮ ਕਰਨਾ, ਆਲ ਵਰਲਡ ਦੇ ਵਿੱਚ ਇਹੋ ਜਿਹੀਆਂ ਮਾੜੀਆਂ ਚੰਗੀਆਂ ਤੁਹਾਡੀਆਂ ਵੀਡੀਓ ਜਾਂਦੀਆਂ ਆ, ਅਤੇ ਬਹੁਤ ਦੁੱਖ ਲੱਗਦਾ ਸਿੱਖ ਸੰਗਤਾਂ ਨੂੰ। ਅਤੇ ਮੁੜ ਕੇ ਤੁਸੀਂ ਮਾਫੀਆਂ ਮੰਗ ਕੇ ਅਤੇ ਮੂੰਹ ਤੁਸੀਂ ਇੰਨਾ ਕੁ ਚੂਚੇ ਜਿੰਨਾ ਕਰ ਲੈਣੀ ਆ ਜਦੋਂ ਤੁਹਾਨੂੰ ਡਰ ਲੱਗਦਾ ਵੀ ਹੁਣ ਫਿਰ ਸਿੰਘਾਂ ਦਾ ਹੱਥੇ ਚੜ੍ਹ ਜਾਣਾ ਤੁਸੀਂ। ਇਹ ਜਦੋਂ ਇਹੋ ਜਿਹੇ ਤਰੀਕੇ ਨਾਲ ਤੁਸੀਂ ਪ੍ਰਮੋਟ ਹੋਣਾ ਚਾਹੁੰਦੇ ਆ ਨਾ, ਅਤੇ ਆਪਣਾ ਤੁਸੀਂ ਬੁਰਾ ਕਰਾ ਰਹੇ ਹੋ ਬੁਰਾ। ਅਤੇ ਸਿੱਖ ਸੰਗਤਾਂ ਨੂੰ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਹਾਂ, ਸਾਧ ਸੰਗਤ ਜੀ, ਜਦੋਂ ਵੀ ਤੁਹਾਨੂੰ ਇੱਦਾਂ ਦੀ ਕੋਈ ਵੀਡੀਓ ਬਣਾਉਂਦਾ ਕੋਈ ਦਿਖਦਾ ਆ ਅਤੇ ਉਹਨੂੰ ਉਸੇ ਵੇਲੇ ਉਹਨੂੰ ਇਸ ਚੀਜ਼ ਤੋਂ ਡੱਕੋ ਅਤੇ ਉਹਦੇ ਮੋਬਾਈਲ ਦੇ ਵਿੱਚੋਂ ਵੀਡੀਓ ਕੱਟੋ ਅਤੇ ਕੱਟ ਕੇ ਅਤੇ ਸਗੋਂ ਇਹ ਬਣਾਓ ਵੀ ਆਹ ਬੰਦਾ ਇਹ ਇੱਦਾਂ ਦਾ ਕੰਮ ਕਰ ਰਿਹਾ ਸੀ, ਅਸੀਂ ਫੜਿਆ ਅਤੇ ਅਸੀਂ ਇੱਥੇ ਮਾਫੀ ਮੰਗਾਈ ਆ। ਅਤੇ ਗੁਰੂ ਘਰ ਦੀ ਮਰਿਆਦਾ ਨਾ ਭੰਗ ਕਰੋ ਬੱਚਿਓ, ਥੋੜ੍ਹੀ ਬੜੀ ਸ਼ਰਮ ਕਰੋ, ਕਿਉਂਕਿ ਆਪਾਂ ਇਹੋ ਗੁਰੂ ਦੇ ਕੋਲੋਂ ਸਭ ਕੁਝ ਲੈਣਾ, ਸੁੱਖ ਲੈਣ ਵਾਸਤੇ ਆਪਾਂ ਘੜੀ ਉੱਥੇ ਜਾਈਦਾ ਆ ਕਿ ਜੇ ਇਹੋ ਜਿਹੇ ਕੰਮ ਕਰਨੇ ਆ ਤਾਂ ਫਿਰ ਦੁੱਖ ਹੀ ਮਿਲਣਾ ਆ ਅਤੇ ਫਿਰ ਛਿੱਤਰ ਤਾਂ ਡੰਡੇ ਤਾਂ ਫਿਰ ਹੈਗੇ ਹੀ ਆ। ਮੈਂ ਇਹੋ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਸਾਧ ਸੰਗਤ ਜੀ ਜਿੱਦਾਂ ਵੀ ਤੁਹਾਡੇ ਕੋਈ ਇਹੋ ਜਿਹਾ ਬੰਦਾ, ਇਹੋ ਜਿਹੀ ਲੜਕੀ ਕੰਮ ਕਰਦਾ, ਕੋਈ ਇੱਦਾਂ ਵੀਡੀਓ ਬਣਾਉਂਦਾ, ਗਾਣਾ ਲਾ ਕੇ ਟਿੱਕਟੋਕਾਂ 'ਤੇ ਗਲਤ ਢੰਗਾਂ ਦੇ ਨਾਲ ਵੀਡੀਓ ਬਣਾ ਕੇ ਪਾਉਂਦੇ ਆ, ਤਾਂ ਉਹਨਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ। ਸਾਡੀ ਸਰਕਾਰ ਨੂੰ, ਸਾਡੀ ਸ਼੍ਰੋਮਣੀ ਕਮੇਟੀ ਨੂੰ ਪਹਿਲਾਂ ਵੀ ਅਪੀਲ ਕੀਤੀ ਸੀ ਕਿ ਇਹ ਵੀਡੀਓ ਬਣਾਉਣੀਆਂ ਬੰਦ ਕਰੋ, ਪਰ ਲੋਕ ਨਹੀਂ ਟਲਦੇ, ਫਿਰ ਵੀ ਲੋਕ ਆਪਣੀਆਂ ਕਾਰਵਾਈਆਂ ਆਪਣੀਆਂ ਵੀਡੀਓ ਬਣਾ ਬਣਾ ਕੇ ਅਤੇ ਟਿੱਕਟੋਕਾਂ 'ਤੇ ਪਾ ਕੇ ਅਤੇ ਗੁਰੂ ਘਰ ਦੀ ਮਰਿਆਦਾ ਅਤੇ ਗੁਰੂ ਘਰ ਦੇ ਸਿੰਘਾਂ ਅਤੇ ਗੁਰੂ ਘਰ ਦੇ ਦਰਬਾਰਿਆਂ ਨੂੰ ਬਦਨਾਮ ਕਰਦੇ ਆ, ਜਿਹਦੇ ਨਾਲ ਸਾਧ ਸੰਗਤ ਨੂੰ ਬਹੁਤ ਦੁੱਖ ਲੱਗਦਾ ਆ। ਅਤੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜਾ ਕਿ ਹਰ ਇੱਕ ਬੰਦੇ ਤੱਕ ਪਹੁੰਚੇ ਅਤੇ ਹਰ ਇੱਕ ਨੂੰ ਮੈਸੇਜ ਇਹ ਮੇਰਾ ਮਿਲੇ।
ਤੇ ਸਾਧ ਸੰਗਤ ਜੀ ਬੋਲਦੇ ਸਮੇਂ ਗਲਤੀ ਹੋ ਗਈ ਤਾਂ ਮਾਫ਼ ਕਰਨਾ, ਅਗਾਂਹ ਵਾਸਤੇ ਫਿਰ ਹਾਜ਼ਰ ਹੋਵਾਂਗੇ। ਸਮਝੋ ਕਹੋ, ਆਪਣੇ ਮਾਂ ਬਾਪ ਦੇ ਕੋਲੋਂ ਥੋੜ੍ਹੀ ਬੜੀ ਅਕਲ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਅਤੇ ਨਾਲ ਲੱਗਦੇ ਬੈਲ ਦੇ ਬਟਨ 'ਤੇ ਵੀ ਕਲਿੱਕ ਕਰਨਾ ਨਾ ਭੁੱਲਿਓ।